ਇਟਲੀ ਦੇ ਵਿੱਚ ਜਦੋਂ ਵੀ ਇਮੀਗ੍ਰੇਸ਼ਨ ਖੁੱਲਦੀ ਹੈ ਤਾਂ ਬਿਨਾਂ ਪਾਸਪੋਰਟ ਵਾਲੇ ਭਾਰਤੀਆਂ ਨੂੰ ਅਨੇਕਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵਾਂ ਪਾਸਪੋਰਟ ਲੈਣ ਲਈ ਅਨੇਕਾਂ ਪਾਪੜ ਵੇਲਣੇ ਪੈਂਦੇ ਨੇ ਤਾਂ ਕਿਤੇ ਜਾਂ ਉਹਨਾਂ ਦੇ ਝੂਠੇ ਖੈਰ ਪੈਂਦੀ ਸੀ, ਪਰ ਇਸ ਵਾਰ ਅਜਿਹਾ ਕੁਝ ਵੀ ਨਹੀਂ ਹੋਇਆ। ਸਗੋਂ ਭਾਰਤੀ ਐਮਬੈਸੀ ਖੁਦ ਆਪ ਬਿਨਾਂ ਪਾਸਪੋਰਟ ਦੇ ਭਾਰਤੀਆਂ ਨੂੰ ਪਾਸਪੋਰਟ ਦੇਣ ਲਈ ਵਿਸ਼ੇਸ਼ ਪਾਸਪੋਰਟ ਕੈਂਪਾਂ ਦਾ ਆਯੋਜਨ ਕਰ ਰਹੀ ਹੈ। ਇਸ ਸੰਬੰਧ ਵਿੱਚ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਭਾਰਤੀ ਐਮਬੈਸੀ ਰੋਮ ਵੱਲੋਂ ਇੱਕ ਸ਼ਲਾਘਾ ਭਰਪੂਰ ਪਹਿਲਕਦਮੀ ਕਰਦਿਆਂ ਵਿਸ਼ੇਸ਼ ਕੈਂਪ ਦਾ ਪ੍ਰਬੰਧ ਕੀਤਾ ਤਾਂ ਜੋ ਹਰ ਵਿਅਕਤੀ ਪਾਸਪੋਰਟ ਪ੍ਰਾਪਤ ਕਰ ਸਕੇ। ਇਸ ਸੰਬੰਧੀ ਭਾਰਤੀ ਐਮਬੈਸੀ ਰੋਮ ਵੱਲੋਂ 13 ਜੂਨ ਨੂੰ ਵਿਸ਼ੇਸ਼ ਪਾਸਪੋਰਟ ਕੈਂਪ ਐਮਬੈਸੀ ਰੋਮ ਵਿਖੇ ਸਵੇਰੇ 9 ਵਜੇ ਲਗਾਇਆ ਜਾ ਰਿਹਾ ਹੈ। ਇਸ ਵਿੱਚ ਉਚੇਚੇ ਤੌਰ 'ਤੇ ਉਹਨਾਂ ਭਾਰਤੀਆਂ ਦੀਆਂ ਅਰਜ਼ੀਆਂ ਲੈ ਕੇ ਉਸੇ ਦਿਨ ਅਥਾਰਟੀ ਪੱਤਰ ਦਿੱਤੇ ਜਾਣਗੇ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹਨ। ਇਹ ਪ੍ਰਕਿਰਿਆ ਹੁਣ ਤੱਕ ਐਮਬੈਸੀ ਵੱਲੋਂ 800 ਭਾਰਤੀਆਂ ਨੂੰ ਅਥਾਰਟੀ ਪੱਤਰ ਜਾਰੀ ਵੀ ਹੋ ਚੁੱਕੇ ਨੇ। ਇਟਲੀ ਵਿੱਚ ਬਿਨਾਂ ਪਾਸਪੋਰਟ ਦੇ ਪ੍ਰਵਾਸ ਹੰਢਾ ਰਹੇ ਭਾਰਤੀਆਂ ਨੂੰ ਇਟਲੀ ਦੇ ਪੇਪਰ ਲੈਣ ਵਿੱਚ ਅਤੇ ਸੁਹਿਰਦ ਢੰਗ ਨਾਲ ਪਾਸਪੋਰਟ ਸੰਬੰਧੀ ਸਮੱਸਿਆਵਾਂ ਨੂੰ ਨਜਿੱਠ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੈਡਮ ਰੀਨਤ ਸੰਧੂ ਨੇ ਕਿਹਾ ਕਿ ਉਹਨਾਂ ਦਾ ਮਿਸ਼ਨ ਹਰ ਉਸ ਭਾਰਤੀ ਦੀ ਸੰਭਵ ਮਦਦ ਕਰਨਾ ਹੈ ਜਿਸ ਕੋਲ ਭਾਰਤੀ ਪਾਸਪੋਰਟ ਨਹੀਂ ਹੈ। ਉਹ ਚਾਹੁੰਦੇ ਹਨ ਕਿ ਭਾਰਤੀ ਨੌਜਵਾਨ ਪੇਪਰ ਲੈ ਕੇ ਆਪਣੇ ਕਈ ਸਾਲਾਂ ਤੋਂ ਵਿਛੜੇ ਪਰਿਵਾਰ ਨੂੰ ਮਿਲਣ ਤਾਂ ਜੋ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ। 13 ਜੂਨ ਵਾਲੇ ਵਿਸ਼ੇਸ਼ ਪਾਸਪੋਰਟ ਕੈਂਪ ਵਿੱਚ ਜਾਣ ਲਈ ਲੋੜਵੰਦ ਭਾਰਤੀ ਨੌਜਵਾਨਾਂ ਨੂੰ ਕੋਈ ਮਿਲਣ ਦਾ ਸਮੇਂ ਦੀ ਲੋੜ ਨਹੀਂ, ਲੋੜ ਹੈ ਬਸ ਸਾਰੇ ਜ਼ਰੂਰੀ ਪੇਪਰ ਸਮੇਂ ਸਿਰ ਲੈ ਕੇ ਪਹੁੰਚਣ ਦੀ ਜੋ ਸਭ ਨੂੰ ਅਥਾਰਟੀ ਪੱਤਰ ਮਿਲ ਸਕੇ। ਪਹਿਲਾਂ ਆਏ ਤੇ ਪਹਿਲਾਂ ਪਾਏ ਵਾਂਗਰ ਇਹ ਵਿਸ਼ੇਸ਼ ਕੈਂਪ ਸਿਰਫ ਇਮੀਗ੍ਰੇਸ਼ਨ ਨਾਲ ਸੰਬੰਧਿਤ ਲੋਕਾਂ ਲਈ ਹੀ ਲਗਾਏ ਜਾ ਰਹੇ ਨੇ। ਸਮੂਹ ਵਿਅਕਤੀ ਜੋ ਕੱਚੇ ਤੌਰ 'ਤੇ ਇਟਲੀ ਵਿੱਚ ਹਨ ਉਹ ਆਪਣੀਆਂ ਅਰਜ਼ੀਆਂ ਇਹਨਾਂ ਕੈਂਪਾਂ ਵਿੱਚ ਦੇ ਕੇ ਆਪਣੇ ਪਾਸਪੋਰਟ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆ ਸਕਦੇ ਨੇ। ਇਹ ਵੀ ਦੱਸਦੇ ਜਾਈਏ ਕਿ ਜਿੱਥੇ ਹਰ ਪਾਸੇ ਕੋਰੋਨਾ ਵਾਇਰਸ ਕਾਰਨ ਸ਼ਖਸ ਬਾਹਰ ਨਿਕਲਣ ਤੋਂ ਡਰਦਾ ਹੈ, ਇਹੋ ਜਿਹੇ ਮਾਹੌਲ ਵਿੱਚ ਭਾਰਤੀ ਐਮਬੈਸੀ ਰੋਮ ਵੱਲੋਂ ਆਪਣੇ ਨਾਗਰਿਕਾਂ ਦੀ ਮਦਦ ਲਈ ਇਸ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣਾ ਇੱਕ ਦਲੇਰੀ ਅਤੇ ਮਜ਼ਬੂਤ ਪ੍ਰਸ਼ਾਸਨਿਕ ਆਧਾਰ ਵੱਲ ਸੰਕੇਤ ਕਰਦਾ ਹੈ। ਪਾਸਪੋਰਟ ਬਣਾਉਣ ਵਾਲੇ ਭਾਰਤੀ ਵਧੇਰੇ ਜਾਣਕਾਰੀ ਲਈ ਭਾਰਤੀ ਐਮਬੈਸੀ ਰੋਮ ਦੇ ਫੇਸਬੁੱਕ ਲਿੰਕ ਜਾਂ ਸਾਈਟ 'ਤੇ ਜਾਇਆ ਜਾ ਸਕਦਾ ਜਾਂ ਫਿਰ ਸੰਬੰਧਿਤ ਧਾਰਮਿਕ ਸਥਾਨਾਂ ਦੇ ਨੁਮਾਇੰਦਿਆਂ ਨਾਲ ਸੰਪਰਕ ਕਰ ਸਕਦੇ ਹੋ। ਇਸ ਕਾਰਜ ਲਈ ਰੋਮ ਐਮਬੈਸੀ ਵੱਲੋਂ ਵਲੰਟੀਅਰ ਵੀ ਨਿਯੁਕਤ ਕੀਤੇ ਗਏ ਨੇ ਜਿਹੜੇ ਕਿ ਬਹੁਤ ਹੀ ਸ਼ਲਾਘਾਯੋਗ ਕਾਰਜਾਂ ਰਾਹੀਂ ਸੇਵਾ ਨਿਭਾ ਰਹੇ ਨੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।